मेरा साथी हुंदा सीगा सूबा गुज्जर, शायद तुसीं वी इस तरह सुणदे ही आ। उहने कहिणा मेले जींदियां दे, मेले जींदियां दे। मैं उस गल नूं सुणदा हुंदा भई यार गल उहदी सच्ची सीगी, मेले जींदियां दे। इस बस्ती दे विच 30 साल पिछों असीं आए आ। ਦੇਖ ਲਓ ਕਈ ਸਾਡੇ ਯਾਰ ਇਸ ਬਸਤੀ ਵਿੱਚ ਵੀ ਉਦੋਂ ਜਿਹੜੇ ਸੀਗੇ, ਅੱਜ ਹੈ ਨਹੀਂ। ਮੈਂ ਆਪਣੇ ਸਾਥ ਦੇ ਨਾਲ ਵੀ ਇਸ ਪਿੰਡ ਦੇ ਵਿੱਚ ਆਉਂਦਾ ਰਿਹਾ। ਉਹਨਾਂ ਦੇ ਯਾਰ ਹੁੰਦੇ ਸੀਗੇ ਬਲੀ ਬੰਬਾ ਵਾਲਾ, ਹੋਰ ਉਹਨਾਂ ਦੇ ਯਾਰ ਸੀਗੇ ਤੇ ਆਪਣੇ ਸੈਯਦ ਜ਼ੁਲਫਕਾਰ ਉਹਨਾਂ ਦੇ ਉਸ ਮੁਬਾਰਕ ਤੇ ਵੀ ਆਉਂਦੇ ਰਹੇ। ਲਓ ਜੀ ਇਹ ਮੇਲੇ ਜੀਂਦਿਆਂ ਦੇ ਆ, ਇਹ ਰਾਗ ਜਿਹੜੇ ਸਾਡੇ ਵਾਲੇ ਆ। ਇਹਦੇ ਚ ਮੇਰਾ ਦਾਵਾ ਇੱਕ ਗੱਲ ਦਾ, ਜੇ ਸਵਾਬ ਨਹੀਂ ਤੇ ਇਨਸ਼ਾਅੱਲਾ ਅਜ਼ਾਬ ਵੀ ਨਹੀਂ ਮਿਲੇ। ਜੋ ਕੁਛ ਇਸ ਸਦੀ ਚ ਗੁਜ਼ਰ ਰਿਹਾ, ਰਾਗੀ ਰੁਗੀ ਮੈਂ ਕੋਈ ਨਹੀਂ ਹੈਗਾ, ਮੈਂ ਸਿਰਫ ਉਹਨਾਂ ਦੀਆਂ ਸਾਂਗਾਂ ਹੀ ਲਾਉਣ ਵਾਲਾ ਇੱਕ ਰਹਿ ਗਿਆ। ਮੈਂ ਸਾਰੀ ਦੁਨੀਆ ਅੱਲਾ ਨੇ ਮੈਨੂੰ ਦਿਖਾਲੀ, ਇਹ ਮੇਰੀ ਕਿਸਮਤ ਦੀ ਗੱਲ ਸੀ। ਇਹ ਤੁਸੀਂ ਵੀ ਨੈਟ ਤੇ ਵੀ ਦੇਖਦੇ ਆ, ਬਰੂਨੀ ਮੁਲਕਾਂ ਤੱਕ ਵੀ ਅੱਲਾ ਮੈਨੂੰ ਲੈ ਕੇ ਗਿਆ। ਇਹ ਜਾਣੀ ਬਜ਼ੁਰਗਾਂ ਦੀਆਂ ਦੁਆਵਾਂ, ਮੇਰੇ ਉਸਤਾਦ ਦੀ ਦੁਆ ਸੀਗੀ ਭਈ ਕੋਈ ਗੱਲ ਨਹੀਂ, ਕਿਉਂਕਿ ਮੈਂ 34 ਸਾਲ ਪੂਰੇ ਉਸਤਾਦ ਦੇ ਨਾਲ ਗੁਜ਼ਾਰੇ। ਜੇ ਇੰਗਲੈਂਡ ਗਏ ਆ, ਉੱਥੇ ਗੁਰਦੁਆਰੇ 'ਚ ਗਾਉਣ ਲੱਗੇ, ਉਹ ਇੱਕ ਉਹਨਾਂ ਦਾ ਗ੍ਰੰਥੀ ਕਹਿਣ ਲੱਗਾ ਮੈਂ ਮੁਸਲਮਾਨ ਨਹੀਂ ਇੱਥੇ ਪੜ੍ਹਨ ਦੇਣ। ਉਹ ਸਿੱਖ ਕਹਿੰਦਾ ਮੈਂ ਇੰਨੇ ਪੈਸੇ ਲਾ ਕੇ ਲਿਆਇਆ, ਜੇ ਉਹ ਗਲਤ ਕਹਿਣਗੇ ਤਾਂ ਫਿਰ ਤੂੰ ਨਾ ਗਾਉਣ ਦੇ। ਮੈਂ ਇੰਨੀ ਦੁਨੀਆ 'ਚ ਕਹਿੰਦਾ ਅੱਲਾ ਜਾਣਦਾ। ਜਦੋਂ ਮੈਂ ਹਿੰਦੀ ਦੇ ਵਿੱਚ ਪੜ੍ਹਿਆ, ਉਹ ਤੁਹਾਨੂੰ ਨਹੀਂ ਉਹ ਪਤਾ ਲੱਗਣਾ ਹਿੰਦੀ ਦਾ, 33 ਤਵੀ ਉੱਤੇ ਬੈਠ ਕੇ ਤਪੱਸਿਆ ਸਤਿਗੁਰ ਪੰਜਵੇਂ ਕਰੇ, ਇਹ ਉਹਨਾਂ ਨੂੰ ਪਤਾ ਸੀਗਾ। ਜਾਂ ਬਾਅਦ 'ਚ ਮੈਨੂੰ ਪੁੱਛ ਲਿਓ ਵੀ ਇਹਦਾ ਕੀ ਮਤਲਬ ਸੀਗਾ। ਲਓ ਜਨਾਬ, ਉਹਨੇ ਜਿੱਥੇ ਕਹਿੰਦਾ ਸੀਗਾ ਮੈਂ ਇੱਥੇ ਮੁਸਲਮਾਨ ਨਹੀਂ ਆਉਣ ਦੇਣੇ, ਅੱਲਾ ਦੀ ਕਸਮ ਹੈ 5 ਪਾਉਂਡ ਉਹਨੇ ਮੈਨੂੰ ਕੋਲ ਬਿਠਾ ਕੇ। ਇਹ ਸਿਰਫ ਮੇਰੇ ਉਸਤਾਦਾਂ ਦੀਆਂ ਦੁਆਵਾਂ ਔਰ ਪੀਰ ਮੁਰਸ਼ਦ ਦੀ ਦੁਆ ਹੈ। ਜਿਸ ਤਰ੍ਹਾਂ ਜ਼ਬਾਨ ਆਪੋ ਆਪਣੀ ਹੁੰਦੀ ਆ, ਤਸੀਰ ਆਪੋ ਆਪਣੀ ਹੁੰਦੀ ਆ, ਸੱਜਣ ਬੇਲੀ ਯਾਰ ਪਿਆਰੇ ਬਾਰੋ ਬਾਰੀ ਤੁਰ ਗਏ ਸਾਰੇ, ਅਸੀਂ ਵੀ ਬੈਠੇ ਨਦੀ ਕਿਨਾਰੇ, ਦਿਲ ਵਿੱਚ ਕਰੀ ਵਿਚਾਰ, ਮੇਲਾ ਦੁਨੀਆ ਦਾ ਇੱਕ ਦਿਨ ਛੱਡਣਾ ਯਾਰ। ਕਿਸੇ ਅਰਫ ਲੋਕ ਨੇ ਕਿਹਾ ਕਿ ਯਾ ਮੌਲਾ ਮੈਂ ਗਲਤੀਆਂ ਕਰਦਾ ਥੱਕ ਗਿਆ, ਯਾ ਅੱਲਾ ਮੇਰੇ ਤੋਂ ਬਹੁਤ ਗਲਤੀਆਂ ਹੋਈਆਂ, ਮੈਂ ਗਲਤੀਆਂ ਕਰਕੇ ਥੱਕ ਗਿਆ, ਤੂੰ ਬਖਸ਼ਦਾ ਬਖਸ਼ਦਾ ਥੱਕਿਆ ਨਹੀਂ, ਤੈ ਔਰ ਕੀਆ ਮੈਂ ਔਰ ਕੀਆ ਮੈਂ ਸੱਚ ਤੇ ਝੂਠ ਪਰਖਿਆ ਨਹੀਂ, ਘੋੜਾ ਖੁਦੀ ਹੰਕਾਰ ਦਾ ਛੱਡ ਬੈਠਾ, ਭਾਗਾ ਖਿੱਚੀਆਂ ਉਸਨੂੰ ਡੱਕਿਆ ਨਹੀਂ, ਨਿੱਤ ਕਰੇ ਵਪਾਰ ਵਪਾਰੀਆ ਤੂੰ ਘਾਟਾ ਪਾਈ ਜਾਂਦਾ ਨਫਾ ਖੱਟਿਆ ਨਹੀਂ, ਕਿਹੜਾ ਮੂੰਹ ਲੈ ਕੇ ਜਾਣਾ ਰੱਬ ਕੋਲੇ ਜਿਹਦੀ ਰਕਮ ਨੂੰ ਸਾਂਭ ਕੇ ਰੱਖਿਆ। ਇਸ ਰਕਮ ਦੀ ਮੈਂ ਗੱਲ ਨਹੀਂ ਕਰਦਾ ਜਨਾਬ, ਇਹ ਦੌਲਤ ਜਿਹੜੀ ਆ, ਇਹ ਦੌਲਤ ਇੱਕ ਜ਼ਿੰਦਗੀ ਦੀ ਸਾਥੀ ਆ, ਅਕਬਰ ਦੀ ਸਾਥੀ। ਤੁਸੀਂ ਵੀ ਸੋਚ ਕੇ ਦੇਖ ਲਓ, ਖੁਦਾਈ ਫੰਡ ਦੇ ਵਿੱਚ ਅੱਲਾ ਦੀ ਜ਼ਾਤ ਇੱਕ ਬੱਚਾ ਆ ਕੇ ਦੁਨੀਆ 'ਤੇ 2 ਸਾਹ ਲੈਂਦਾ, ਉਹਦੇ ਕੋਲ ਉੱਡੀ ਕੇ ਦੌਲਤ ਹੁੰਦੀ ਆ। ਜੇ ਪਿਛਲੀਆਂ ਤਾਰੀਖਾਂ ਪੜ੍ਹ ਕੇ ਦੇਖੀਏ ਤਾਂ ਕਿੰਨੀਆਂ ਕਿੰਨੀਆਂ ਉਮਰਾਂ ਹੁੰਦੀਆਂ, ਕਿੰਨੀਆਂ ਕਿੰਨੀਆਂ ਉਹਨਾਂ ਦੀ ਓਨੀ ਦੌਲਤ ਸੀ। ਜਦੋਂ ਇਹ ਦੌਲਤ ਮੁੱਕ ਜਾਣੀ ਆ, ਉਦੋਂ ਜਿੱਥੋਂ ਆਏ ਉੱਥੇ ਅਸੀਂ ਚੱਲ ਜਾਣਾ। ਐਵੇਂ ਦਿਲ ਦੇ ਵਿੱਚ ਇਸ ਰਾਗ ਦੇ ਵਿੱਚ ਐਸੀਆਂ ਚੀਜ਼ਾਂ ਹੋਈਆਂ, ਬਾਕੀ ਹੋਰ ਹੁਣ ਤੁਹਾਨੂੰ ਪਤਾ ਹੀ ਆ ਜੋ ਕੁਛ ਹੋ ਰਿਹਾ ਇਸ ਦੁਨੀਆ 'ਤੇ। ਅਸੀਂ ਇੱਕ ਤਰ੍ਹਾਂ ਇੱਕ ਕਹਿੰਦਾ ਯਾਰ ਜਦ ਤੁਸੀਂ ਕਹਿੰਦੇ ਆਸ਼ਕ ਬਹੁਤ ਹੋਏ ਆ ਤੇ ਫਲਾਨਾ ਆਸ਼ਕ ਹੋਇਆ, ਫਲਾਨਾ ਆਸ਼ਕ ਹੋਇਆ, ਫਲਾਨਾ ਆਸ਼ਕ ਹੋਇਆ, ਅੱਜ ਆਸ਼ਕ ਕਿਉਂ ਨਹੀਂ ਪੈਦਾ ਹੁੰਦੇ? ਮੈਂ ਕਿਹਾ ਅੱਲਾ ਦੇ ਬੰਦਿਆ, ਆਸ਼ਕ ਦਾ ਹੋਣਾ ਕੋਈ ਛੋਟੀ ਗੱਲ ਨਹੀਂ, ਛੋਟੀ ਗੱਲ ਨਹੀਂ, ਆਸ਼ਕ ਬਹੁਤ ਵੱਡੀ ਚੀਜ਼ ਹੋਏ ਆ, ਬਹੁਤ ਵੱਡੀ ਚੀਜ਼। ਕਹਿੰਦਾ ਕਿਸ ਤਰ੍ਹਾਂ, ਅੱਜ ਕਿਉਂ ਨਹੀਂ ਆਸ਼ਕ ਹੁੰਦੇ? ਮੈਂ ਕਿਹਾ ਜੇ ਅੱਜ ਦਾ ਪੁੱਛੇ, ਅਸੀਂ ਉਹਨਾਂ ਆਸ਼ਕਾਂ ਦੀ ਤਾਰੀਫ ਕਰਦੇ ਹਾਂ ਜਦੋਂ ਯਾਰ ਦਾ ਅੱਖ ਲੜ ਜਾਂਦੀ ਸੀ, ਉਹ ਆਸ਼ਕ ਪਿੱਛੇ ਨਹੀਂ ਸੀ ਮੁੜਦਾ। ਇਹ ਤਾਂ ਆਸ਼ਕ, ਮੈਂ ਕਿਹਾ ਪਹਿਲਾਂ ਅੱਖਾਂ ਮਾਰਦੇ ਰਹਿੰਦੇ ਆ, ਜਦ ਅਗਲਾ ਟਿੱਪਲ ਟੂ ਨੂੰ ਹੱਥ ਪਾਉਂਦਾ ਆਸ਼ਕ ਜਦੀ ਉੱਪਰ ਜਾਂਦਾ, ਉਦੋਂ ਕਹਿੰਦਾ ਮੇਰੀ ਤਾਂ ਭੈਣ ਲੱਗ ਗਈ। ਅਸੀਂ ਇਹਨਾਂ ਨੂੰ ਆਸ਼ਕ ਨਹੀਂ ਕਹਿੰਦੇ, ਇਹ ਆਸ਼ਕ ਝੂਠੇ ਆ। ਅਸੀਂ ਉਹ ਆਸ਼ਕ ਦੇਖੇ ਆ, ਸ਼ਾਇਦ ਤੁਸੀਂ ਅੱਗੇ ਵੀ ਮੇਰੀ ਜ਼ਬਾਨ 'ਚੋਂ ਸੁਣਿਆ ਹੋਊਗਾ, ਮੈਨੂੰ ਬੜਾ ਸ਼ੌਕ ਸੀਗਾ ਯਾਰ ਇਸ ਰਾਗ ਤੋਂ ਪਿੱਛੇ ਕਿਉਂ ਦੁਨੀਆ ਹਟਦੀ ਜਾਂਦੀ ਹੈ। ਸਾਧ ਦੇ ਦੌਰ 'ਚ ਵੀ
फिर मैं रेडवे से भी जान लग गया, फिर बहुत केसा भर लग गया, फिर भी कुछ होया ही। मैं क्या यार जो मैंने उस्ताद ने छुट्टी दी, मैं क्या यार देखिए तो सही है लोग क्यों सब तो पिछे हट गए। सब तो पहले मैं मिर्जे की कब्र से गया, हूँ तो मिर्जे का दरबार बन गया। उदो तीन कब्र सी, तीन कब्र लो जी, मैं क्या नहीं भी मिर्जा हो गया, मिर्जा भी हो गया। उस तो बाद दुल्ले भट्टी के घर तक मैं पहुंचया भी ये क्यों लड़िया। जो साढ़े रागी कहते भी मेरी पोस्ती पांच सौ डोडे पी गया, इस दौर के पिछ कहती बंदा सगा कि जिन सगा ये इन्हों गल दसी नहीं, किसी ने दसी नहीं। वो बंदे साढ़े अर्गे टैडी नहीं, टैडी बंदे नहीं। लो जी एक बाबा मैं देखा, मैं थोड़िया जी गल कर फिर मैं कहानी वाल शुरू लगा हूँ। एक बाबा मैं काढ़े देखा 140 साल की उम्र होती, वो कहिंदा मैं सिखां शाही राज मेरे बाबे ने देखा, मेरे बाप ने देखा। कहिंदा मैं मेरी फूफी नूं वीज लैके गया, बुढ़े कोल दो सिर केस सीगा, सिखां शाही राज सीगा। वो मुसलमानां नूं कणक नहीं सीगे खाण दिंदे, मक्की दी कहिंदे सीगे मक्की खाया कर। वो कहिंदा मेरे बाप ने जदों देखा उन्होंने कहा लै वी इन्हां ने घे मेरे कोल खो लैणा ते गुड़ भी खो लैणा। वो कहिंदा एक पासे होके बह गया, वो केस सारा ही 2 किलो के जानी दे दो शेर शेर कहिंदे सी, दो शेर ही पी गया। इस दौर दे विच एक चमची देसी घे दी अपने बच्चे नूं खिला दिओ, सारी दिहाड़ी वाशरूम च रहना। उदों जनाब जवान भी एडे एडे हुंदे सी, दुल्ले दा कद 8 फुट 3 इंच, और सस्सी दी कब्र ते भी मैं 2 दफा गया, बड़ा सुकून मिलिया, आशिक दी शान बहुत उच्ची आ। उस तो बाद फिर मैं जनाब हुण को कहानी पेश करदा, ते ऐ जो कुछ भी मैं अखां नाल देखिया उदों जनाब सत जुगी जमाने साढ़े स्टाफ कहिंदे हुंदे सी। हुण दा आपां देख लो हर बंदा कहिंदा नहीं यार मैं झूठ नहीं बोलिया, फिर झूठ दा तां अगे अगे ही पता लगना। जिवें खान साहब नुसरत ने फरमाया लिखिया भई उत्थे अमलां दे होणे ने वेड़े, किसे नहीं तेरी जात पुछ ली। लो जी किसी आरफ लोग ने लिखिया उड़ जा बोलिया पंछिया अपनी जान बचा। तो बेड़ा पंछी ऐ पंछी जेड़ा बिच बोलदा राग नु समझना, उड़ जा बोलिया पंछी अपनी जान बचा। ए दुनिया ते घर घर फाइया लगिया तेन लैना इना पसा, पंछिया तेरा आलना सी अस अश अजीम ते, तू देश कुदस दा शाह छड़ के शाही अपनी दुनिया ते कैदी बनिया। इत्थे बोलदा मिठियां बोलियां तेरे दिल च कादा चा, वो तेरे मगर शिकारी मौत दे बैठे जाल बिछा। जो हाथ इन्हां दे आ गया पेश नहीं जानी का, हर के ना सालमा तेरी गलते शुरू चला, तेरिया निक्कियां कर कर बोटियां नहाण भी चलैना पा, तेरे भुन कबाब बनाउण दे सिखां उत्ते चढ़ा। वो पंछिया दुनिया ते रोंदियां चूड़े वालियां गलत च जुल्फा पा, इत्थे रंडियां होण सुहागणा जिन्हां मनो नहीं लथे चा। अगे हुण उहदा ज़ेर किधर नूं गया दुनिया ठगण वास्ते मथे लै कसा उन्होंने दाड़ियां रखिया सी, जिन्होंने मौला मुर्तजा नूं मारिया उन्होंने भी दाड़ियां सी, इन्हें मारिया मौला मुर्तजा कुल वलियां दा पेशवा, इन्हां कीता कतल हुसैन नूं खंजर हेठ लठा। पंछिया दुनिया ते पे पुत्रां नूं मार दे गलते शुरू चला, अगे उन्हें लिखिया तेरा लम्मा सफर मुसाफरा कुछ राह दा खर्च बना तैनू साथी पै उड़ीक दे, इक मुड़ पतना नूं जाए तो चल अब्दुल्ला चलिए दुनिया बेवफा की रहना दुनिया तो केड़े सवाल करके दस लेना। मदीने शरीफ नूं हिजरत करके चले, मदीने दे लोगां नूं हजूर दे आने दा पता सी, दुनिया हजूर दा इंतजार करदी सी भी सोहणे दी डाकी कदों आउंदी आ।
लो जनाब मदीने शरीफ दी लड़कियां जदों हुजूर दी डाची मदीने च दाखल हो गई उस वेले सुन दी इक नात पढ़दियां भला किवें पढ़दियां बस ना मैं तेरे को भी रोंदी कलिया